कोरोना वायरस ਹੁਣ ਇੱਕ ਨਾਮ ਬਣ ਗਿਆ ਹੈ ਜਿਹਦਾ ਪੂਰੀ ਦੁਨੀਆ ਦੇ ਵਿੱਚ ਟੈਲੀਵਿਜ਼ਨ ਤੇ ਤੁਸੀਂ ਦੇਖ ਰਹੇ ਹੋ ਔਰ ਸਾਰੇ ਹਿੰਦੁਸਤਾਨ ਦੇ ਵਿੱਚ ਵੀ ਅਖਬਾਰਾਂ ਔਰ ਟੈਲੀਵਿਜ਼ਨ ਚੈਨਲਸ ਤੇ ਆ ਰਹੇ ਹੈ ਮੈਂ ਅੱਜ ਆਪ ਨੂੰ ਇਹ ਕਹਿਣਾ ਚਾਹੁੰਦਾ ਹੈ ਕਿ ਥੋੜੀ ਸਰਕਾਰ ਨੇ ਪੰਜਾਬ ਦੇ ਵਿੱਚ ਅਸੀਂ ਹਰ ਪੱਖੋਂ ਇਹਦਾ ਬਚਾਅ ਕਰਨ ਲਈ ਅਸੀਂ ਆਪਣਾ ਕੰਮ ਕਰ ਰਹੇ ਹਾਂ ਕਿਸੇ ਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਇਹ ਹੈ ਇੱਕ ਬੜੀ ਭਿਆਨਕ ਜਿਹੀ ਚੀਜ਼ ਜਿਹੜੀ ਆਈ ਹੈ ਦੁਨੀਆ ਦੇ ਵਿੱਚ ਲੇਕਿਨ ਅਗਰ ਆਪਾਂ ਇਹ ਦੇ ਨਾਲ ਸਹੀ ਤਰੀਕੇ ਨਾਲ ਇਹਦਾ ਸਾਹਮਣਾ ਕਰੀਏ ਤਾਂ ਆਪਾਂ ਇਹਨੂੰ ਇੱਥੇ ਆਪਣੇ ਪਰਿਵਾਰਾਂ ਨੂੰ ਸਾਰਿਆਂ ਨੂੰ ਬਚਾ ਸਕਾਂਗੇ। ਔਰ ਜਿਹੜੇ ਬੰਦੇ ਚੈੱਕ ਹੋਏ ਸੀ ਉਹਨਾਂ ਦੇ ਵਿੱਚੋਂ ਟੈਸਟਿੰਗ ਤੋਂ ਬਾਅਦ ਸਿਰਫ ਇੱਕ ਬੰਦਾ ਕਨਫਰਮ ਹੋਇਆ ਉਹਦੇ ਨਾਲ ਅੰਮ੍ਰਿਤਸਰ ਦੇ ਵਿੱਚ ਉਹ ਵੀ ਇਟਲੀ ਤੋਂ ਆਇਆ ਸੀ। ਜਿਵੇਂ ਤੁਹਾਨੂੰ ਪਤਾ ਹੈ ਇਟਲੀ ਦੇ ਵਿੱਚ ਔਰ ਯੂਰਪ ਦੇ ਵਿੱਚ ਇਹ ਕਾਫੀ ਕੋਸ਼ੀਸ਼ ਫੈਲੀ ਹੋਈ ਹੈ। 2500 ਸਾਡੇ ਬੈਡ ਕੁਆਰੰਟੀਨ ਦੇ ਵਾਸਤੇ ਤਿਆਰ ਨੇ ਸਾਡੇ ਨਾਈ ਸਪੋਰਟ ਸਿਸਟਮ ਜਿਹੜਾ ਕੁਝ ਵੀ ਡਾਕਟਰ ਕਹਿੰਦੇ ਨੇ ਮਾਸਕਸ ਦੀ ਲੋੜ ਪਏਗੀ ਉਹ ਸਾਡੇ ਕੋਲ ਹੈ ਦਵਾਈਆਂ ਦੀ ਲੋੜ ਪਏਗੀ ਉਹ ਸਾਡੇ ਕੋਲ ਹੈ ਔਰ ਜਿੱਥੇ ਤਾਂ ਹੀ ਜ਼ਿਲ੍ਹਿਆਂ ਦੇ ਵਿੱਚ ਹੈ ਸਾਡੀ ਟੀਮਾਂ ਘੁੰਮੜੀਆਂ ਨੇ ਮੈਡੀਕਲ ਟੀਮਾਂ ਤੁਹਾਨੂੰ ਉੱਥੇ ਪਿੰਡਾਂ ਦੇ ਵਿੱਚ ਮਿਲਣਗੀਆਂ ਸ਼ਹਿਰਾਂ ਦੇ ਵਿੱਚ ਮਿਲਣਗੀਆਂ ਤੁਹਾਨੂੰ ਪੁੱਛਣਗੇ ਆਪਣਾ ਟੈਸਟ ਤੁਸੀਂ ਜ਼ਰੂਰ ਕਰਾਉਣਾ ਤਾਂ ਕਿ ਜਲਦੀ ਜਲਦੀ ਅਗਰ ਪਤਾ ਲੱਗ ਜੇਦਾ ਬਚਾਓ ਚੰਗੀ ਤਰ੍ਹਾਂ ਹੋ ਸਕਦਾ ਹੈ ਲੋਗਾ ਨੂੰ ਬਚਾਉਣ ਵਾਸਤੇ ਅਸੀਂ ਕੁਝ ਕਦਮ ਚੱਕੇ ਨੇ ਅਸੀਂ ਸਕੂਲਸ ਬੰਦ ਕੀਤੇ ਨੇ ਕਾਲਜਸ ਯੂਨੀਵਰਸਿਟੀਆਂ ਬੰਦ ਹੋਈਆਂ ਨੇ ਸਾਡੀਆਂ ਸਿਨੇਮਾ ਹਾਲਸ ਤੇ ਵੀ ਅਸੀਂ ਪ੍ਰਬੰਧ ਕੀਤਾ ਹੈ ਕਿ ਉੱਥੇ ਬੰਦ ਰਹਿਣ ਆਪਣਾ ਪ੍ਰਬੰਧ ਤੁਸੀਂ ਕਰਨਾ ਹੈ ਹੱਥ ਤੁਸੀਂ ਅਚੀ ਤਰ੍ਹਾਂ ਤੋਂ ਜਿੰਨੀ ਵਾਰ ਤੁਸੀਂ ਦਿਨ ਚ ਟੋ ਸਕਦੇ ਹੋ ਉਸ ਤੋਂ ਟੋ ਵੱਡੇ ਇਕੱਠਾਂ 'ਚ ਨਾ ਜਾਓ ਅਗਰ ਤੁਸੀਂ ਆਪਣਾ ਕੁਝ ਕਰ ਸਕਦੇ ਹੋ ਤੋਂ ਉਹਨਾਂ ਨੂੰ ਅਵੋਇਡ ਕੀਤਾ ਜਾਵੇ ਅਗਰ ਇੱਕ ਕਿਸੇ ਨੂੰ ਕੋਈ ਸ਼ੱਕ ਹੈ ਕਿਸੇ ਗੱਲ ਦਾ ਜਾਂ ਕਿਸੇ ਨੂੰ ਕੋਈ ਬਿਮਾਰੀ ਦਾ ਕੋਈ ਖਤਰਾ ਹੈ ਤਾਂ 104 ਨੰਬਰ ਤੇ ਤੁਸੀਂ ਟੈਲੀਫੋਨ ਕਰੋ ਅਗਰ ਕੋਈ ਤੁਹਾਨੂੰ ਕਿਸੇ ਨੂੰ ਜ਼ੁਕਾਮ ਹੋਇਆ ਜਾਂ ਕੋਈ ਗਲਾ ਖਰਾਬ ਹੈ ਤੁਸੀਂ ਜ਼ਰੂਰ ਉਹ ਡਾਕਟਰ ਨੂੰ ਜਾ ਕੇ ਮਿਲੋ ਇਹ ਨਾ ਸੋਚੋ ਕਿ ਆਮ ਜ਼ੁਕਾਮ ਹੈ ਹਰ ਚੀਜ਼ ਜਿੱਥੇ ਵੀ ਕੋਈ ਨਜ਼ਲਾ ਹੋਇਆ ਜਾਂ ਜਾਂ ਗਲਾ ਥੋੜਾ ਖਰਾਬ ਹੋਇਆ ਜ਼ਰੂਰ ਆਪਣੇ ਡਾਕਟਰ ਨੂੰ ਮਿਲੋ ਜਾਂ ਜਿਹੜੇ ਸਾਡੇ ਡਾਕਟਰ ਆਉਂਦੇ ਨੇ ਉਹਨਾਂ ਨੂੰ ਮਿਲੋ